ਘਟਨਾ ਜਲੰਧਰ ਦੇ ਬਸਤੀ ਸ਼ੇਖ ਦੀ ਹੈ ਜਿੱਥੇ ਕਿ ਚੋਰੀ ਦੀਆਂ ਵਾਰਦਾਤਾਂ ਦਿਨ ਬਾ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੀ ਬਸਤੀ ਸ਼ੇਖ ਦੀ ਇੱਕ ਦੁਕਾਨ ਦੇ ਮਾਲਕ ਸਤੀਸ਼ ਕੁਮਾਰ ਨਾਲ ਹੋਇਆ ਜਿੱਥੇ ਇੱਕ ਯੁਵਕ ਉਹਨਾਂ ਦੀ ਦੁਕਾਨ ਵਿੱਚ ਆਇਆ ਅਤੇ ਸ਼ਾਤਰ ਚੋਰ ਨੇ ਸਤੀਸ਼ ਕੁਮਾਰ ਦੀਆਂ ਅੱਖਾਂ ਵਿੱਚ ਮਿਰਚਾਂ ਸੁੱਟ ਕੇ ਉਸਦੀ ਗਲ ਅਤੇ ਸੋਨੇ ਦੀ ਚੈਨ ਤੋੜ ਕੇ ਉੱਥੋਂ ਫਰਾਰ ਹੋ ਗਿਆ। ਉੱਥੇ ਹੀ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਇਸ ਸੰਬੰਧੀ ਪੁਲਿਸ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਉੱਥੇ ਇਸ ਸੰਬੰਧੀ ਥਾਣਾ 5 ਨੰਬਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਲੰਧਰ ਤੋਂ ਵਰਿੰਦਰ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਕੀ ਨਾਮ ਆਪਣਾ? ਸੁਦੇਸ਼ ਕੁਮਾਰ। ਕੀ ਗੱਲਬਾਤ ਹੋਈ ਗੱਲ ਜੀ? ਅੱਜ ਗੱਲਬਾਤ ਇਹ ਹੋਈ ਆ, ਮੁੰਡਾ ਅੰਦਰ ਆਇਆ, ਕਹਿੰਦਾ ਮੈਨੂੰ ਦਾਂਤ ਮਾਰਨ ਲੱਗੇ ਅੰਕਲ ਜੀ, ਦਾਂਤ ਮਾਰਨ ਲੱਗੇ। ਅੱਛਾ ਜੀ। ਬਚਾ ਲਓ। ਮੈਂ ਕਿਹਾ ਚੱਲ ਤੂੰ ਬਾਹਰ ਨਿਕਲ। ਉਹਨੇ ਮੇਰੀਆਂ ਅੱਖਾਂ 'ਚ ਫੇਟਾ ਪਾ ਕੇ, ਅੱਛਾ ਜੀ, ਉਸ ਤੋਂ ਬਾਅਦ ਗਲੇ ਤੋਂ ਮੇਰੇ ਚੈਨੇ ਤੋੜ ਕੇ ਲੈ ਗਿਆ। ਕਿੰਨੇ ਕੁ ਵਜੇ ਦਾ ਟਾਈਮ ਸੀਗਾ? 2:20। ਕਿੰਨੇ ਮੁੰਡੇ ਸੀਗੇ ਜਿਹੜੇ ਤੁਹਾਡੀ ਦੁਕਾਨ ਤੇ? ਅੱਛਾ, ਇਕੱਲਾ ਹੀ ਆਇਆ ਸੀਗਾ। ਪੁਲਿਸ ਨੂੰ ਕੰਪਲੇਂਟ ਕੀਤੀ? ਕੀ ਕਿਹਾ ਗਿਆ ਪੁਲਿਸ ਵੱਲੋਂ? ਪੁਲਿਸ ਵਾਲੇ ਕਹਿੰਦੇ ਦੇਖਦੇ ਆ, ਲੱਭਦੇ ਆ। ਕੋਈ CCTV ਆਈ ਸਾਹਮਣੇ? ਹਾਂਜੀ, ਫੁਟੇਜ ਵੀਡੀਓ ਆਈ ਕੋਈ ਸਾਹਮਣੇ ਉਹਦੀ? ਵੀਡੀਓ ਲੈ ਤਾਂ ਗਏ ਆ ਮੁੰਡੇ। ਕਿਸ ਤਰੀਕੇ ਦੀ ਮੰਗ ਕਰਦੇ ਹੋ? ਸਾਡਾ ਹੱਕ ਦਵਾਇਆ ਜਾਏ। ਕਿਹੜੀ ਜਗ੍ਹਾ ਹੋਈ ਚੋਰੀ? ਗੁਲਾਬਿਆਂ ਮੰਦਰ ਦੇ ਨਾਲ ਦੁਕਾਨ ਤੇ। ਠੀਕ ਹੈ।